ਸਤਿ ਸ਼੍ਰੀ ਅਕਾਲ ਜੀ, ਮੈਂ ਅਨੁਰਾਗ ਸ਼ਰਮਾ, ਡੇਲੀ ਪੋਸਟ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਦੋਸਤੋ, ਜਿਸ ਤਰ੍ਹਾਂ ਕਿ ਸਾਨੂੰ ਸਭ ਨੂੰ ਪਤਾ ਹੈ ਕਿ ਅੱਜ ਪੂਰੀ ਦੁਨੀਆ ਦੇ ਵਿੱਚ ਇੱਕ ਮਹਾਮਾਰੀ ਨੇ ਆਪਣੇ ਪੈਰ ਪਸਾਰਿਆ ਔਰ ਲੋਕਾਂ ਨੂੰ ਕਿਸ ਤਰ੍ਹਾਂ ਪਰੇਸ਼ਾਨ ਕੀਤਾ ਹੋਇਆ, ਪਰ ਹਿੰਦੁਸਤਾਨੀ ਲੋਕ ਅੱਜ ਵੀ ਡਟੇ ਹੋਏ ਆ ਔਰ ਇਸ ਜੰਗ ਨੂੰ ਜਿੱਤਣ ਦੇ ਵਿੱਚ ਹਰ ਮੁਮਕਿਨ ਕੋਸ਼ਿਸ਼ ਕਰ ਰਹੇ ਹਾਂ। ਉਸ ਦੇ ਲਈ ਸਾਨੂੰ ਸਭ ਤੋਂ ਵੱਡੀ ਜ਼ਰੂਰਤ ਹੈ ਪ੍ਰਸ਼ਾਸਨ ਦਾ ਸਾਥ ਦੇਣ ਦੀ। ਇੱਥੇ ਜਿੱਥੇ ਪ੍ਰਸ਼ਾਸਨ ਆਪਣੀ ਪੂਰੀ ਵਾਹ ਲਗਾ ਰਿਹਾ, ਉੱਥੇ ਕਈ NGO, ਕਈ ਸੰਸਥਾਵਾਂ, ਕਈ ਨੌਜਵਾਨ ਅੱਗੇ ਇੱਕ ਸੈਨਿਕ ਦੀ ਤਰ੍ਹਾਂ ਅੱਗੇ ਆਏ ਨੇ ਔਰ ਲੋਕਾਂ ਦੀ ਮਦਦ ਕਰ ਰਹੇ ਆ। ਲੋਕਾਂ ਵੱਲੋਂ ਲੰਗਰ, ਰਾਸ਼ਨ, ਦੁੱਧ, ਚਾਹ, ਕਈ ਤਰ੍ਹਾਂ ਦੇ ਲੰਗਰ ਜਿਹੜੇ ਲਗਾਏ ਜਾ ਰਹੇ ਆ, ਪਰ ਪਟਿਆਲਾ ਦੀ ਇੱਕ ਸੰਸਥਾ ਨੇ ਇੱਕ ਅਜਿਹਾ ਉਪਰਾਲਾ ਕੀਤਾ ਜੋ ਕਿ ਬਹੁਤ ਜ਼ਰੂਰੀ ਸੀ ਔਰ ਉਹ ਉਪਰਾਲਾ ਕੀਤਾ ਗਿਆ ਮੈਡੀਕਲ ਸਹਾਇਤਾ ਦੇਣ ਵਾਲੇ ਲੋਕਾਂ ਦੇ ਲਈ, ਮਤਲਬ ਕਿ ਨਰਸਿੰਗ ਸਟਾਫ ਔਰ ਡਾਕਟਰ ਸਟਾਫ ਲਈ। ਉਹ ਹੁੰਦੀ ਹੈ PPE ਕਿੱਟ, ਜਿਸ ਦੀ ਕਿ ਬਹੁਤ ਜ਼ਰੂਰਤ ਸੀਗੀ। ਤੁਸੀਂ ਪਿੱਛੇ ਦੇਖਿਆ ਹੋਣਾ ਕਿ ਰਜਿੰਦਰਾ ਹਸਪਤਾਲ ਦੇ ਵਿੱਚ ਵੀ ਨਰਸਿਸ ਸਟਾਫ ਵੱਲੋਂ ਔਰ ਡਾਕਟਰਸ ਵੱਲੋਂ ਇੱਕ ਡਿਮਾਂਡ ਚੱਕੀ ਗਈ ਸੀ। ਉਸਦਾ ਥੋੜ੍ਹਾ ਬਹੁਤਾ ਵਿਰੋਧ ਵੀ ਕਿਤੇ ਨਾ ਕਿਤੇ ਦੇਖਣ ਨੂੰ ਮਿਲਿਆ ਸੀ ਕਿ ਉਹਨਾਂ ਦਾ ਕਹਿਣਾ ਸੀ ਕਿ ਸਾਨੂੰ ਜਿਹੜੀ ਇਹ ਕਿੱਟ ਹੈ ਇਹ ਮਿਲ ਨਹੀਂ ਰਹੀ, ਇਸ ਤੋਂ ਬਿਨਾਂ ਜੇਕਰ ਅਸੀਂ ਮਰੀਜ਼ ਕੋਲ ਜਾਂਦੇ ਹਾਂ ਜਾਂ ਅਸੀਂ ਉਸਦਾ ਇਲਾਜ ਕਰਦੇ ਹਾਂ ਤਾਂ ਸਾਨੂੰ ਵੀ ਕਰੋਨਾ ਵਾਇਰਸ ਜਿਹੜਾ ਹੈ ਭ੍ਰਮਿਤ ਕਰ ਸਕਦਾ, ਸ਼ੱਕਿਤ ਕਰ ਸਕਦਾ ਔਰ ਅਸੀਂ ਵੀ ਇਸ ਦੀ ਚਪੇਟ ਦੇ ਵਿੱਚ ਆ ਸਕਦੇ ਹਾਂ। ਸੋ ਇਸ ਚੀਜ਼ ਨੂੰ ਦੇਖਦੇ ਹੋਏ ਇੱਕ ਸੰਸਥਾ ਵੱਲੋਂ, ਨੌਜਵਾਨਾਂ ਵੱਲੋਂ ਜਿਹੜਾ ਹੈ ਇੱਕ ਉਪਰਾਲਾ ਕੀਤਾ ਗਿਆ ਕਿ ਉਹਨਾਂ ਨੇ ਇਸ ਕਿੱਟ ਦਾ ਹੀ ਇੰਤਜ਼ਾਮ ਕਰਕੇ ਇਹਨਾਂ ਸਿਹਤ ਵਿਭਾਗ ਦੇ ਲੋਕਾਂ ਤੱਕ ਪਹੁੰਚਾਉਣ ਦੀ ਗੱਲ ਕੀਤੀ ਹੈ। ਇਸ ਵਕਤ ਅਸੀਂ ਰਜਿੰਦਰਾ ਹਸਪਤਾਲ ਦੇ MS ਆਫਿਸਰ ਦੇ ਦਫ਼ਤਰ ਦੇ ਬਾਹਰ ਖੜ੍ਹੇ ਹਾਂ। ਤੁਹਾਨੂੰ ਮਿਲਾਵਾਂਗੇ ਉਸ ਸੰਸਥਾ ਦੇ ਨੌਜਵਾਨਾਂ ਨਾਲ ਜਿਨ੍ਹਾਂ ਨੇ ਐਡਾ ਵੱਡਾ ਉਪਰਾਲਾ ਕੀਤਾ। ਬਾਕੀ ਗੱਲਾਂ ਆਪਾਂ ਉਹਨਾਂ ਨਾਲ ਕਰਦੇ ਹਾਂ ਕਿ ਆਖਿਰ ਕਿਉਂ, ਕੀ ਸੋਚ ਕੇ ਇਹ ਉਪਰਾਲਾ ਕੀਤਾ ਗਿਆ। ਸੋ ਮਿਲਦੇ ਹਾਂ ਇਹਨਾਂ ਨੌਜਵਾਨਾਂ ਦੇ ਨਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਅ ਜੀ। ਮੇਰਾ ਨਾਮ ਸਿਮਰਪ੍ਰੀਤ ਸਿੰਘ, ਸ਼੍ਰੀ ਹਰਕ੍ਰਿਸ਼ਨ ਚੈਰੀਟੇਬਲ ਸੁਸਾਇਟੀ ਤੋਂ ਹਾਂ ਜੀ। ਅਤੇ ਅਸੀਂ ਸਾਡੇ ਪ੍ਰਧਾਨ ਨਵਤੇਜ ਸਿੰਘ ਜੀ ਦੀ ਯੋਗ ਅਗਵਾਈ ਵਿੱਚ ਅੱਜ ਅਸੀਂ ਰਜਿੰਦਰ ਹਸਪਤਾਲ ਦੇ MS ਸਾਹਿਬ ਨੂੰ, ਜਿਹੜੀ ਕਿ ਪਿੱਛੇ ਨਰਸਾਂ ਵੱਲੋਂ ਥੋੜ੍ਹਾ ਪ੍ਰੋਟੈਸਟ ਦੇ ਰੂਪ ਵਿੱਚ ਰੋਸ ਮੁਜ਼ਾਹਰਾ ਕੀਤਾ ਗਿਆ ਸੀ, ਉਹਦੇ ਹੱਕ ਵਿੱਚ ਅਸੀਂ ਅੱਜ ਸਾਡੇ ਕੋਲ ਇੱਕ ਦਾਨੀ ਸੱਜਣ NRI ਭਰਾ ਸਾਡੇ ਕੋਲ ਆਇਆ, ਉਹਨੇ ਅਪਰੋਚ ਕੀਤੀ ਅਤੇ ਉਹਨਾਂ ਨੇ ਸਾਨੂੰ PPE ਕਿੱਟਾਂ, ਪਰਸਨਲ ਪ੍ਰੋਟੈਕਸ਼ਨ ਇਕੁਪਮੈਂਟਸ ਦੇ ਰੂਪ ਵਿੱਚ ਸਾਨੂੰ 20 ਦੇ ਕਰੀਬ, ਵੈਸੇ ਤਾਂ ਅਸੀਂ 100 ਜਾਂ 125 ਦੇ ਕਰੀਬ ਦੇਣੀਆਂ ਨੇ, ਅੱਜ ਸਾਨੂੰ 20 ਉਪਲਬਧ ਸੀਗੀਆਂ ਸਟਾਕਿਸਟ ਕੋਲ ਅਤੇ ਅਸੀਂ 20 ਅੱਜ MS ਸਾਹਿਬ ਨੂੰ ਹੈਂਡਓਵਰ ਕਰਨ ਆਏ ਹਾਂ। ਜਿੱਥੇ ਇੱਕ ਪਾਸੇ ਹਰ ਸੰਸਥਾ ਵੱਲੋਂ, ਪ੍ਰਸ਼ਾਸਨ ਵੱਲੋਂ ਜਾਂ ਕੁਝ ਸਮਾਜ ਸੇਵੀ ਲੋਕ ਆਪਣੇ ਵੱਲੋਂ ਰਾਸ਼ਨ ਦੀ ਵਿਵਸਥਾ ਕਰ ਰਹੇ ਹੈ ਜਾਂ ਫਿਰ ਸੁੱਕਾ ਜਾਂ ਜਿਹੜਾ ਲੰਗਰ ਦੀ ਵਿਵਸਥਾ, ਚਾਹ ਦੀ ਵਿਵਸਥਾ, ਕੁਝ ਲੋਕ ਸੈਨੀਟਾਈਜ਼ਰ ਮਾਸਕ ਦੀ ਵਿਵਸਥਾ ਕਰ ਰਹੇ ਹੈ, ਇਹਨਾਂ ਸਭ ਤੋਂ ਹਟ ਕੇ PPE ਕਿੱਟ ਦੇਣ ਦਾ ਕਿਸ ਤਰ੍ਹਾਂ ਵਿਚਾਰ ਆਇਆ? ਭਾਈ ਸਾਹਿਬ, ਸਾਡੇ ਕੋਲ ਇੱਕ ਦਾਨੀ ਸੱਜਣ ਆਸਟ੍ਰੇਲੀਆ ਤੋਂ NRI ਭਰਾ ਨੇ ਅਪਰੋਚ ਕੀਤੀ, ਉਹਨੇ ਇੱਕ ਵੀਡੀਓ ਦੇਖੀ ਰਜਿੰਦਰਾ ਹਸਪਤਾਲ ਦੀਆਂ ਨਰਸਾਂ ਥੋੜ੍ਹੇ ਪ੍ਰੋਟੈਸਟ ਕਰ ਰਹੀਆਂ ਸੀ, ਉਹਦੇ ਤੋਂ ਰਿਹਾ ਨਹੀਂ ਗਿਆ, ਉਹਨਾਂ ਨੇ ਸਾਡੇ ਤੋਂ ਅਪਰੋਚ ਕੀਤਾ ਵੀ ਕਿਸੇ ਤਰੀਕੇ ਤੁਸੀਂ ਉੱਥੇ ਉਹ ਪਹੁੰਚਾਓ, ਉਸ ਕਰਕੇ ਅਸੀਂ ਅੱਜ ਅਸੀਂ ਉਹਦੇ ਆਏ ਹਾਂ ਅਤੇ ਕੀ ਕਹਿੰਦੇ ਨੇ 20 ਕਿੱਟਾਂ ਅਸੀਂ ਅੱਜ ਹੈਂਡਓਵਰ ਕਰਨ ਲੱਗੇ ਹਾਂ। ਜੀ ਬਿਲਕੁਲ, ਜਿਸ ਤਰ੍ਹਾਂ ਕਿ ਹਰੇਕ ਚੀਜ਼ ਦੀ ਜ਼ਰੂਰਤ ਹੁੰਦੀ ਹੈ, ਸੋ ਇਸ ਦੀ ਵੀ ਜ਼ਰੂਰਤ ਸੀ ਕਿਉਂਕਿ ਅੱਜ ਦੇ ਵਕਤ ਦੇ ਵਿੱਚ ਜੋ ਕਿ ਮੈਡੀਕਲ ਸਟਾਫ ਹੈ, ਸਿਹਤ ਵਿਭਾਗ ਦੇ ਲੋਕ ਹੈ, ਇਹਨਾਂ ਨੂੰ ਮੁੱਖ ਸੈਨਿਕ ਮੰਨਿਆ ਜਾ ਰਿਹਾ ਇਸ ਜੰਗ ਦਾ ਔਰ ਇਸ ਕਰੋਨਾ ਵਾਇਰਸ ਨਾਲ ਫਾਈਟ ਕਰਨ ਦੇ ਅਸਲ ਹੀਰੋ ਇਹਨਾਂ ਨੂੰ ਮੰਨਿਆ ਜਾ ਰਿਹਾ। ਜੇਕਰ ਇਹਨਾਂ ਕੋਲ ਕੋਈ ਸੁਵਿਧਾ ਦੀ ਕਮੀ ਆ ਜਾਂਦੀ ਹੈ ਜਾਂ ਕੋਈ ਚੀਜ਼ ਇਹਨਾਂ ਕੋਲ ਨਹੀਂ ਮਿਲਦੀ ਤਾਂ ਇਹ ਵੀ ਕਿਤੇ ਨਾ ਕਿਤੇ ਡਰ ਵਾਲੀ ਗੱਲ ਹੈ। ਸੋ ਇਹਨਾਂ ਦੀ ਇਸ ਡਿਮਾਂਡ ਨੂੰ ਦੇਖਦੇ ਹੋਏ ਇਸ ਸੰਸਥਾ ਨੇ ਇੱਕ ਉਪਰਾਲਾ ਕੀਤਾ ਕਿ ਇਹਨਾਂ ਦਾ ਵੈਸੇ ਟਾਰਗੇਟ 100-125 ਕਿੱਟ ਦੇਣ ਦਾ, ਪਰ ਜੇਕਰ ਗੱਲ ਕਰੀਏ ਇਹਨਾਂ ਕੋਲ ਅੱਜ ਜਿਹੜਾ ਵੀ ਸਟਾਕਿਸਟ ਸੀ ਉਸ ਕੋਲ ਜਿਹੜੀਆਂ ਹੈ 20 ਦੇ ਲਗਭਗ ਜਿਹੜੀਆਂ ਹੈ ਕਿੱਟਾਂ ਮਿਲੀਆਂ। ਸੋ ਇਹ ਇੱਥੇ ਦੇਣ ਲਈ ਪਹੁੰਚੇ ਹੈ। ਗੱਲ ਕਰਾਂਗੇ ਰਜਿੰਦਰਾ ਹਸਪਤਾਲ ਦੇ ਮੈਡੀਕਲ ਅਫਸਰ ਦੇ ਨਾਲ ਵੀ ਕਿ ਆਖਿਰ ਕਿਉਂ ਉਹਨਾਂ ਵੱਲੋਂ ਘਾਟ ਰਹਿ ਰਹੀ ਹੈ ਅਤੇ ਇਸ ਤਰ੍ਹਾਂ ਸੰਸਥਾਵਾਂ ਨੂੰ ਅੱਗੇ ਆ ਕੇ ਕੰਮ ਕਰਨਾ ਪੈ ਰਿਹਾ। ਸੋ ਇਸ ਤੋਂ ਇਲਾਵਾ ਆਪਣੀ ਹੋਰ ਕੀ ਕੀ ਸੇਵਾਵਾਂ ਚੱਲ ਰਹੀਆਂ? ਸਰ,
ਅਸੀਂ ਜਿਸ ਦਿਨ ਤੋਂ ਲੋਕਡਾਊਨ ਹੋਇਆ ਉਸ ਦਿਨ ਤੋਂ ਹੀ ਅਸੀਂ ਸੁੱਕਾ ਰਾਸ਼ਨ ਤਕਰੀਬਨ 500 ਪਰਿਵਾਰਾਂ ਤੱਕ ਅਸੀਂ ਪਹੁੰਚਾ ਸਕੇ ਹਾਂ। ਅਸੀਂ ਪਹਿਲਾਂ ਵੀ ਪਟਿਆਲਾ ਦੇ ਵਿੱਚ ਹਰ ਮਹੀਨੇ ਗਰੀਬ ਵਿਧਵਾ ਜਨਾਨੀਆਂ ਨੂੰ ਰਾਸ਼ਨ ਪ੍ਰੋਵਾਈਡ ਕਰਾਉਂਦੇ ਸੀ, ਉਸੇ ਰੂਪ ਵਿੱਚ ਅਸੀਂ 500 ਦੇ ਪਰਿਵਾਰਾਂ ਦੇ ਕੋਲ ਅਸੀਂ ਰਾਸ਼ਨ ਪਹੁੰਚਾਇਆ ਅਤੇ ਬਣਾ ਕੇ ਤਾਂ ਅਣਗਿਣਤ ਹੈ, ਕੋਈ ਦੱਸ ਹੀ ਨਹੀਂ ਸਕਦੇ ਵੀ ਕਿੰਨਾ ਕੁ ਰਾਸ਼ਨ ਮਹਾਰਾਜ ਦੀ ਕਿਰਪਾ ਨਾਲ ਅਸੀਂ ਪਹੁੰਚਾਉਂਦੇ ਰਹੇ ਹਾਂ ਅਤੇ ਅੱਗੇ ਪਹੁੰਚਾਉਂਦੇ ਰਹਾਂਗੇ। ਬਹੁਤ ਵਧੀਆ ਉਪਰਾਲਾ ਜੀ। ਸੋ ਡਾਕਟਰ ਸਾਹਿਬ ਵੀ ਇੱਥੇ ਪਹੁੰਚ ਗਏ ਆ, ਸੋ ਕਿੱਟਾਂ ਤੁਸੀਂ ਦੇ ਰਹੇ ਆ, ਆਪਾਂ ਦੇਖਦੇ ਹਾਂ ਜੀ ਅਗਲੀ ਕਾਰਵਾਈ। ਸੋ ਇਸ ਤਰ੍ਹਾਂ ਸੰਸਥਾਵਾਂ ਨੂੰ ਅੱਗੇ ਆਉਣਾ ਚਾਹੀਦਾ। ਸੋ ਮੈਂ ਇੱਥੇ ਕੋਸ਼ਿਸ਼ ਕਰਦਾ ਕਿ ਆਪਾਂ ਡਾਕਟਰ ਸਾਹਿਬ ਨਾਲ ਵੀ ਗੱਲ ਕਰ ਲਈਏ। ਹਾਂਜੀ ਡਾਕਟਰ ਸਾਹਿਬ, ਕੀ ਹਾਲ ਚਾਲ ਡਾਕਟਰ ਸਾਹਿਬ ਜੀ? ਸਰ ਜਿਹੜੀ ਕਿੱਟਸ ਹੈ ਆਪਾਂ ਕਿੰਨੀ ਕੁ ਰਿਕੁਆਇਰਮੈਂਟਸ ਹੈਗੀਆਂ? ਰਿਕੁਆਇਰਮੈਂਟਸ ਕਿੰਨੀਆਂ ਕਿੱਟਸ ਦੀ? ਰਿਕੁਆਇਰਮੈਂਟ ਤਾਂ ਜਿਵੇਂ ਪੇਸ਼ੈਂਟ ਜ਼ਿਆਦਾ ਹੋਣ ਲੱਗ ਗਏ ਤਾਂ ਸ਼ਾਇਦ ਆਪਾਂ ਨੂੰ ਲੱਖਾਂ ਦੇ ਵਿੱਚ ਵੀ ਕਿੱਟਸ ਚਾਹੀਦੀਆਂ ਹੋਣਗੀਆਂ, ਪਰ ਜਿੰਨੀਆਂ ਵੀ ਇਸ ਵਕਤ ਜ਼ਿਆਦਾ ਆਪਾਂ ਇਕੱਠੀਆਂ ਕਰ ਸਕਦੇ ਹਾਂ, ਉਹ ਕਹਿੰਦੇ ਨਹੀਂ ਹੁੰਦੇ ਫੋਰ ਰੇਨੀ ਡੇ, ਆਪਾਂ ਇਕੱਠੀ ਕਰਕੇ ਰੱਖੀਏ ਤਾਂ ਕਿ ਉਸ ਵੇਲੇ ਆਪਣੇ ਬੱਚਿਆਂ ਨੂੰ, ਆਪਣੇ ਜਿਹੜੇ ਕੰਮ ਕਰਨ ਵਾਲੇ ਮੁਲਾਜ਼ਮਾਂ ਨੂੰ ਕਮੀ ਨਾ ਹੋਵੇ। ਆਪਣੇ ਜਿਹੜੇ ਸਿਹਤ ਵਿਭਾਗ ਵੱਲੋਂ ਆ ਉੱਥੋਂ ਵੀ ਕਿੰਨੀਆਂ ਕੁ ਚੀਜ਼ਾਂ ਜਿਹੜੀਆਂ ਆਪਣੇ ਕੋਲ ਉਪਲਬਧ ਹੋ ਰਹੀਆਂ, ਮਤਲਬ ਕੀ ਆਪਾਂ ਜਿਹੜੀ ਸਹੂਲਤਾਂ ਦੇ ਰਹੇ? ਸਿਹਤ ਵਿਭਾਗ ਵੱਲੋਂ ਬਹੁਤ ਅੱਛੀ ਤਰੀਕੇ ਨਾਲ ਸਾਰਾ ਕੁਛ ਇੰਤਜ਼ਾਮ ਹੋਈ ਜਾ ਰਿਹਾ, ਦੋ ਸਲੋ ਚੱਲ ਰਿਹਾ ਹੈ, ਪਰ ਇੱਦਾਂ ਦੀ ਕੋਈ ਗੱਲ ਨਹੀਂ ਹੈ ਕਿ ਆਪਾਂ ਨੂੰ ਕੋਈ ਕਮੀ ਹੈ ਇਸ ਵਕਤ ਜੀ। ਤੁਸੀਂ ਬਤੌਰ ਨੋਡਲ ਅਫਸਰ ਵੀ ਇਸ ਚੀਜ਼ ਨੂੰ ਦੇਖ ਰਹੇ ਹੋ, ਜਿਸ ਤਰ੍ਹਾਂ ਕਿ ਪਟਿਆਲੇ ਦਾ ਜਿਹੜਾ ਰਿਜ਼ਲਟ ਹੈ ਉਹ ਸ਼ਾਂਤੀਪੂਰਵਕ ਸੰਤੋਸ਼ਜਨਕ ਮੰਨਿਆ ਜਾ ਰਿਹਾ ਕਿਉਂਕਿ 69 ਦੇ ਆਸ ਜਿਹੜੇ ਟੈਸਟ ਹੋਏ ਆ ਜਿਹਦੇ 60 ਨੈਗੇਟਿਵ ਆ ਗਏ ਆ ਅਤੇ 1 ਪੋਜ਼ਿਟਿਵ ਅਤੇ 8 ਦੀ ਹਜੇ ਰਿਪੋਰਟ ਆਉਣੀ ਬਾਕੀ ਹੈ। ਕੀ ਲੱਗਦਾ ਕਿ ਪਟਿਆਲੇ ਦੇ ਵਿੱਚ ਸਥਿਤੀ ਸਹੀ ਹੈ? ਹਾਲ ਦੀ ਘੜੀ ਤਾਂ ਸਥਿਤੀ ਕਾਫੀ ਨਿਯੰਤਰਣ ਦੇ ਵਿੱਚ ਹੈ, ਵਾਹਿਗੁਰੂ ਨੂੰ ਆਪਾਂ ਅਰਦਾਸ ਕਰੀਏ ਕਿ ਇੱਦਾਂ ਹੀ ਬਣੀ ਰਹੇ। ਜੀ ਬਹੁਤ ਬਹੁਤ ਸ਼ੁਕਰੀਆ ਜੀ। ਸੋ ਤੁਸੀਂ ਦੇਖ ਰਹੇ ਹੋ ਕਿ PPE ਕਿੱਟਸ ਜੋ ਕਿ ਪ੍ਰੋਡਕਸ਼ਨ ਦੇ ਵਾਸਤੇ ਹੁੰਦੀਆਂ ਉਸ ਸਟਾਫ ਦੇ ਲਈ ਜੋ ਇਸ ਇਲਾਜ ਦੇ ਲਈ ਅੱਗੇ ਵੱਧ ਕੇ ਕੰਮ ਕਰਦਾ। ਸੋ ਇਸ ਸੰਸਥਾ ਦਾ ਵੀ ਅਸੀਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਐਡਾ ਵੱਡਾ ਉਪਰਾਲਾ ਕੀਤਾ, ਸੋ ਇਹ ਆਪਣੀ ਕਿੱਟਸ ਜਿਹੜੀ ਹੈ ਹੁਣ ਸਪੁਰਦ ਕਰਨ ਜਾ ਰਹੇ। ਸੋ ਜਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਵੱਖ ਵੱਖ ਸਮਾਜ ਸੇਵੀ ਸੰਸਥਾਵਾਂ ਵੱਖ ਵੱਖ ਲੰਗਰ ਰਾਸ਼ਨ ਚਾਹ ਪਾਣੀ ਦਾ ਇੰਤਜ਼ਾਮ ਕਰ ਰਹੀਆਂ, ਉਸੇ ਤਰ੍ਹਾਂ ਸ਼੍ਰੀ ਹਰਿਕ੍ਰਿਸ਼ਨ ਸੇਵਾ ਜਿਹੜੇ ਨੌਜਵਾਨ ਨੇ ਇਹ ਅੱਗੇ ਵੱਧ ਕੇ ਆਏ ਆ, ਪਰ ਇਹਨਾਂ ਨੇ ਮੈਡੀਕਲ ਸਟਾਫ ਦੇ ਲਈ ਕਿੱਟਾਂ ਦਾ ਇੰਤਜ਼ਾਮ ਕੀਤਾ। ਸੋ ਇਹ ਆਪਣੇ ਆਪ ਦੇ ਵਿੱਚ ਇੱਕ ਵੱਡੀ ਅਤੇ ਅਨੋਖੀ ਗੱਲ ਹੈ ਕਿਉਂਕਿ ਮੈਡੀਕਲ ਸਟਾਫ ਅੱਜ ਇਸ ਯੁੱਧ ਦਾ ਸਭ ਤੋਂ ਵੱਡਾ ਮੋਢੀ, ਸਭ ਤੋਂ ਵੱਡਾ ਸੈਨਾਪਤੀ ਮੰਨਿਆ ਜਾ ਰਿਹਾ। ਸੋ ਇਸ ਸੈਨਾਪਤੀ ਦੇ ਲਈ ਜਿਹੜਾ ਅਸਤਰ ਸ਼ਸਤਰ ਦੀ ਜਿਹੜੀ ਹੈ ਦੇਖ ਰੇਖ ਇਹਨਾਂ ਸੰਸਥਾਵਾਂ ਵੱਲੋਂ, ਸੁਸਾਇਟੀ ਵੱਲੋਂ ਕੀਤੀ ਗਈ ਹੈ, ਸੋ ਇਹ ਆਪਣੇ ਆਪ ਦੇ ਵਿੱਚ ਕਾਬਿਲ ਤਾਰੀਫ ਗੱਲ ਹੈ। ਸੋ ਇੱਥੇ ਜਿੱਥੇ ਅਸੀਂ ਇਹਨਾਂ ਦਾ ਧੰਨਵਾਦ ਕਰਦੇ ਹਾਂ, ਉੱਥੇ ਹੀ ਹਰੇਕ ਵਿਅਕਤੀ ਨੂੰ ਇਹ ਦਰਖਾਸਤ ਕਰਦੇ ਹਾਂ, ਇਹ ਅਪੀਲ ਕਰਦੇ ਹਾਂ ਸਾਡੇ ਮਾਧਿਅਮ ਰਾਹੀਂ ਕਿ ਤੁਸੀਂ ਆਪਣੇ ਆਪਣੇ ਘਰਾਂ ਦੇ ਵਿੱਚ ਬੈਠੇ ਰਹੋ, ਸੋਸ਼ਲ ਡਿਸਟੈਂਸ ਨੂੰ ਮੈਂਟੇਨ ਕਰੋ, ਪ੍ਰਸ਼ਾਸਨ ਵੱਲੋਂ ਦਿੱਤੀ ਗਈਆਂ ਸਾਰੀਆਂ ਹਦਾਇਤਾਂ ਦੀ ਪੁਰਜ਼ੋਰ ਪਾਲਣਾ ਕਰੋ ਤਾਂ ਜੋ ਇਸ ਵਾਇਰਸ ਮਹਾਂਮਾਰੀ ਦੇ ਨਾਲ ਅਸੀਂ ਲੜ ਸਕੀਏ ਔਰ ਜਿੱਤ ਸਕੀਏ। ਕੈਮਰਾ ਪਰਸਨ ਲਵਿਸ਼ ਦੇ ਨਾਲ ਅਨੁਰਾਗ ਸ਼ਰਮਾ, ਡੇਲੀ ਪੋਸਟ ਪੰਜਾਬੀ ਲਈ ਪਟਿਆਲਾ ਤੋਂ। ਹਾਂ
ਸਮਾਜ ਸੇਵੀ ਸੰਸਥਾਵਾਂ ਜਿਹੜੀਆਂ ਵੱਧ ਤੋਂ ਵੱਧ ਸਾਡੀ ਹੈਲਪ ਕਰਨ ਦੀ ਕੋਸ਼ਿਸ਼ ਕਰ ਰਹੀਆਂ, ਐਜ਼ ਏ ਡੋਨੇਸ਼ਨ ਉਹ ਕਰ ਰਹੀਆਂ, ਐਂਡ ਅਸੀਂ ਬਹੁਤ ਉਹਨਾਂ ਦੇ ਧੰਨਵਾਦੀ ਹਾਂ ਕਿ ਸਾਨੂੰ ਐਜ਼ ਏ ਡੋਨੇਸ਼ਨ ਮਤਲਬ ਲੋਕਾਂ ਦੀ ਸੇਵਾ ਕਰ ਰਹੀਆਂ ਸਾਡੇ ਥਰੂ ਕਰ ਰਹੀਆਂ। ਇਹ ਐਚ ਆਈ ਵੀ ਕਿੱਟ ਹੈਗੀਆਂ ਜਿਹਨੇ ਕਿ ਐਚ ਆਈ ਵੀ ਕਿੱਟ ਹੈ, ਪੀ ਪੀ ਕਿੱਟ ਹੈ, ਆਹ ਪੜ੍ਹ ਲਓ ਪੀ ਪੀ ਕਿੱਟ ਹੈ। ਪਰ ਇਹਦੇ 'ਚ ਕੁਛ ਆਹ ਜਿਹੜੀਆਂ ਚੀਜ਼ਾਂ ਇਹਦੇ 'ਚ ਜ਼ਰੂਰ ਹੈ, ਕੁਝ ਜਿਹੜੀਆਂ ਨਹੀਂ ਹੋਣਗੀਆਂ ਅਸੀਂ ਡਾਕਟਰ ਜਿਹੜਾ ਜਿਹੜਾ ਨਰਸਾਂ ਪ੍ਰੋਟੈਸਟ ਕਰ ਰਹੀਆਂ ਨੇ ਤੁਸੀਂ ਇਹ ਗੱਲ ਕਰੋ ਸਰਕਾਰ ਵੱਲੋਂ ਕਿਹੜੇ ਪ੍ਰਬੰਧ ਹੈਗੇ ਕੋਰੋਨਾ ਬਾਰੇ ਇਹਦੇ ਵੱਲੋਂ ਹਰ ਕਿਸਨ ਚੈਰੀਟੇਬਲ ਇਹ ਹਰ ਕਿਸਨ ਚੈਰੀਟੇਬਲ ਟਰੱਸਟ ਵੱਲੋਂ ਜੋ ਹੋ ਗਿਆ ਸਾਹਿਬ ਕਹਿ ਰਹੀ ਹੈ ਉਹ ਡੋਨੇਟ ਕਰ ਫਿਰ ਸਰਕਾਰ ਵੱਲੋਂ ਕੋਰੋਨਾ ਬਾਰੇ ਸਰਕਾਰ ਵੱਲੋਂ ਵੀ ਆਪਣੇ ਵੱਲੋਂ ਬਹੁਤ ਸਾਨੂੰ ਐਂਪਲ ਸਪਲਾਈ ਆ ਰਹੀ ਹੈ ਕਿ ਅਸੀਂ ਸਾਰੀ ਜੋ ਸਪਲਾਈ ਹੈ ਜਿੱਥੇ ਜਿੱਥੇ ਜਿਹੜੀ ਅਕੋਰਡਿੰਗ ਟੂ ਮਿਨਿਸਟਰੀ ਆਫ ਹੈਲਥ ਐਂਡ ਫੈਮਿਲੀ ਵੈਲਫੇਅਰ ਦੇ ਗਾਈਡਲਾਈਨ ਦੇ ਮੁਤਾਬਕ ਹੈ, ਜਿੱਥੇ ਜਿੱਥੇ ਜਿਹੜੀ ਚੀਜ਼ ਜਿਹਨੂੰ ਜਿਹੜੇ ਬੰਦੇ ਨੂੰ ਏ ਕੈਟੇਗਰੀ, ਬੀ ਕੈਟੇਗਰੀ, ਸੀ ਕੈਟੇਗਰੀ, ਡੀ ਕੈਟੇਗਰੀ ਸਭ ਨੂੰ ਅਸੀਂ ਪ੍ਰਬੰਧ ਕੀਤੇ ਹਨ ਉਹਨਾਂ ਨੂੰ ਮਿਲ। ਸਰ ਉਹਦੇ ਜਿਹੜੇ ਪੋਜ਼ਿਟਿਵ ਕੇਸ ਹੈਗਾ ਉਹਦਾ ਮਰੀਜ਼ ਪੇਸ਼ੈਂਟ ਦਾ ਕਹਿਣਾ ਹੈਗਾ ਕਿ ਉਹਦਾ ਸਹੀ ਤਰ੍ਹਾਂ ਦਾ ਵੀ ਇੰਤਜ਼ਾਮ ਨਹੀਂ ਹੈਗਾ? ਸਭ ਕੁਝ ਸਹੀ ਤਰ੍ਹਾਂ ਦਾ ਹੋ ਰਿਹਾ, ਸਭ ਕੁਝ ਖਾਣ। ਮੈਂ ਆਪ ਕੱਲ੍ਹ ਖੁਦ ਜਾ ਕੇ ਆਇਆ ਮਰੀਜ਼ਾਂ ਨਾਲ ਗੱਲਬਾਤ ਕਰਕੇ ਆਇਆ ਅਤੇ ਉਹਨਾਂ ਨੇ ਸੰਤੁਸ਼ਟੀ ਮੇਰੇ ਸਾਹਮਣੇ ਦੱਸੀ ਕਿ ਸਾਨੂੰ ਖਾਣ ਪੀਣ ਨੂੰ ਵੀ, ਦਵਾਈਆਂ ਵੀ ਅਤੇ ਇਲਾਜ ਵੀ ਬੜਾ ਠੀਕ ਹੋ ਰਿਹਾ। ਮੈਂ ਆਪ ਖੁਦ ਜਾ ਕੇ ਮਰੀਜ਼ਾਂ ਨੂੰ ਮਿਲਦਾ। ਲੋਕਾਂ ਨੂੰ ਇੱਕ ਤਾਂ ਇਹ ਆਪਦਾ ਪਈ ਹੋਈ ਹੈ ਸਰਕਾਰ 'ਤੇ, ਭਾਰਤ ਸਰਕਾਰ 'ਤੇ ਵੀ, ਪੰਜਾਬ ਸਰਕਾਰ, ਠੀਕ ਹੈ, ਬਿਮਾਰੀ ਇੰਨੀ ਖਤਰਨਾਕ ਹੈ ਕਿ ਜਿਹਨੂੰ ਲੱਗ ਜਾਏ ਮਤਲਬ ਪ੍ਰੋਬਲਮ ਆ ਸਕਦੀ ਹੈ ਹਰ ਇੱਕ ਬੰਦੇ ਨੂੰ, ਬੰਦੇ ਤੋਂ ਬੰਦਾ, ਬੰਦੇ ਤੋਂ ਬੰਦੇ 'ਚ ਕੀ ਜਾ ਰਹੀ ਹੈ। ਅਤੇ ਆਪਾਂ ਨੂੰ ਰਾਦਰ ਕਿ ਲੋਕਾਂ ਦੀ ਮਦਦ ਕਰਨੀ ਚਾਹੀਦੀ, ਸਰਕਾਰ ਦੀ ਮਦਦ ਕਰਨੀ ਚਾਹੀਦੀ ਹੈ ਕਿ ਕੰਪਨੀ ਨਾ ਕਿ ਝੂਠੀਆਂ ਅਫਵਾਹ ਬੁਲਾ ਕੇ ਲੋਕਾਂ ਨੂੰ ਪੈਨਿਕ ਸਟ੍ਰਿਕ ਹੋ ਕਰ।